ਸਤਿ ਸ਼੍ਰੀ ਅਕਾਲ ਚਰਦਿਗਲਾ ਟਾਈਮ ਟੀਵੀ ਦੇਖ ਰਹੇ ਦੇਸ਼-ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਾਸ ਮੁਲਾਕਾਤ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਜਰੀਏ ਅਸੀਂ ਤੁਹਾਨੂੰ ਵਕਫ ਵਕਫ ਸ਼ਖਸੀਅਤਾਂ ਦੇ ਰੂਬਰੂ ਕਰਵਾਉਂਦੇ ਹਾਂ ਤੇ ਅੱਜ ਸਾਡੇ ਦਰਮਿਆਨ ਨੇ ਰਾਜਸਥਾਨ ਦੇ ਸਾਬਕਾ ਮੰਤਰੀ ਅਤੇ ਪਾਜਪਾ ਦੇ ਤਿੰਨ ਵਾਰ ਵਿਧਾਇਕ ਰਹਿ ਚੁਕੇ ਸੁਰਿੰਦਰ ਪਾਸ ਸਿੰਘ ਟੀਟੀਜੀ ਸੁਰਿੰਦਰਪਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੜ੍ਹਦੀਕਲਾ ਦੇ ਇਸ ਆਦਾਰੇ ਵਿੱਚ। ਦਰਸ਼ਕੋ ਸੁਰਿੰਦਰਪਾਲ ਜੀ ਟੀਟੀ ਉਹ शख्सियत ਨੇ ਜਿਨ੍ਹਾਂ ਨੇ ਵਸੁੰਧਰਾ ਕੈਬਨਟ ਵਿੱਚ ਪਹਿਲਾ ਸਿੱਖ ਨੇਤਾ ਹੋਣ ਦਾ ਮਾਣ ਹਾਸਲ ਕੀਤਾ ਹੈ। ਤੇ ਜੇਕਰ ਮੈਂ ਇੰਨੇ ਘੱਟ ਸਮੇਂ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਗਿਣਾਉਣਾ ਚਾਹਾਂ ਤਾਂ ਸ਼ਾਇਦ ਮੈਂ ਉਹ ਉਹਨਾਂ ਨੂੰ ਪੂਰਾ ਨਹੀਂ ਕਰ ਪਾਵਾਂਗੀ। ਤੇ ਆਓ ਜਾਣਦੇ ਹਾਂ ਅਸੀਂ ਉਹਨਾਂ ਤੋਂ ਉਹਨਾਂ ਦੇ ਇਸ ਰਾਜਨੀਤਿਕ ਸਫ਼ਰ ਬਾਰੇ। ਸੁਰਿੰਦਰਪਾਲ ਟੀਟੀ ਜੀ ਤੁਹਾਡੇ ਇਸ ਰਾਜਨੀਤਿਕ ਸਫ਼ਰ ਦੀ ਸ਼ੁਰੂਆਤ ਕਦੋਂ ਤੇ ਕਿਵੇਂ ਹੋਈ? ਦੇਖੋ ਜੀ ਮੈਂ ਪਹਿਲਾ ਖਾਲਸਾ ਕਾਲਜ ਦੇ ਵਿੱਚ ਇੱਕ ਅੱਛਾ ਖਿਡਾਰੀ ਸੀ ਜੀ ਔਰ ਨੈਸ਼ਨਲ ਰਿਕਾਰਡ ਮੈਂ ਬਣਾਇਆ ਤਾਂ ਮੈਨੂੰ ਸਪੋਰਟਸ ਕੋਟੇ ਦੇ ਵਿੱਚ ਰੇਲਵੇ ਦੇ ਵਿੱਚ ਟੀਟੀ ਦੀ ਨੌਕਰੀ ਮਿਲੀ 18-19 ਸਾਲ ਮੈਂ ਉੱਥੇ ਨੌਕਰੀ ਕੀਤੀ ਲੇਕਿਨ ਇਸ ਦਰਮਿਆਨ ਮੈਂ ਕਿਸਾਨ ਸੰਗ ਜੋ ਰਾਸ਼ਟਰੀ ਸਵੈਸੇਵਕ ਦਾ ਇੱਕ ਸੰਗਠਨ ਹੈ ਉਸ ਦੇ ਸੰਪਰਕ ਚ ਆਇਆ ਤੇ ਉਹਨਾਂ ਨੇ ਮੈਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾ ਕੇ ਕਿਸਾਨਾਂ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਮੈਂ ਉਸ ਇਲਾਕੇ ਦੀਆਂ ਸਮੱਸਿਆਵਾਂ ਨੂੰ ਉਠਾਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਸੂਬੇ ਦਾ ਪ੍ਰਧਾਨ ਬਣਾ ਦਿੱਤਾ ਜੀ ਫਿਰ ਮੈਂ ਹੋਰ ਜ਼ਿਆਦਾ ਅੰਦੋਲਨ ਕੀਤੇ ਰਾਸ਼ਟਰੀ ਲੈਵਲ ਦੇ ਕਈ ਸੈਮੀਨਾਰਾ ਕਰਾਈਆਂ ਤਾਂ ਫਿਰ ਪਾਰਟੀ বিজেਪ ਨੇ ਮੈਨੂੰ ਅਡਾਪਟ ਕਰ ਲਿਆ ਪੈਰੋ ਸਿੰਘ ਜੀ ਬੜੇ ਦੂਰ ਦ੍ਰਿਸ਼ਟੀ ਦੇ ਲੀਡਰ ਸੇ ਤੇ ਉਹ ਭਾਜਪਾ ਦੇ ਵਿਸਤਾਰ ਵਾਸਤੇ ਰਾਜਸਥਾਨ ਚ ਲੱਗੇ ਸੀ ਕਿਉਂਕਿ ਸਿੱਖਾਂ ਦੀ ਬਹੁਤ ਵੱਡੀ ਗਿਣਤੀ ਹੈ ਉੱਥੇ ਗੰਗਾ ਨਗਰ ਹਰਮਾਨਗੜ ਕੋਟਾ ਬੂੰਦੀ ਅਲਵਰ ਔਰ ਭਰਤਪੁਰ ਜੀਦੇ ਵਿੱਚ ਬਹੁਤ ਸਾਰੀ 40 ਸੀਟਾਂ ਐ ਸੀਆਂ ਜਿਹਦੇ ਵਿੱਚ ਸਿੱਖਾਂ ਦੇ ਵੋਟ ਜਿਹੜੇ ਬੈਲਸ ਰਹਿੰਦੇ ਆ ਉਹਨਾਂ ਨੇ ਇੱਕ ਸਿੱਖ ਨਮਾਇंदे ਦੇ ਤੌਰ ਤੇ ਜੋ ਭਾਜਪਾ ਦੇ ਵਿੱਚ ਆ ਕੇ ਕਿਉਂਕਿ ਉੱਥੇ ਕਾਂਗਰਸ ਔਰ ਭਾਜਪਾ ਤੋਂ ਇਲਾਵਾ ਦੂਸਰੀ ਕੋਈ ਪਾਰਟੀ ਨਹੀਂ ਹੈ ਜੀ ਉਹਨਾਂ ਨੇ ਸਿੱਖ ਲੀਡਰ ਦੇ ਬਤੌਰ ਮੈਨੂੰ ਉਹਨਾਂ ਨੇ ਅਡਾਪਟ ਕੀਤਾ ਔਰ ਮੇਰੀ ਨੌਕਰੀ ਛੁਡਵਾ ਕੇ ਔਰ ਮੈਨੂੰ ਕਿਹਾ ਕਿ ਤੁਸੀਂ ਰਾਜਨੀਤੀ ਚਾਹੋ ਔਰ ਮੈਨੂੰ ਉਹਨਾਂ ਨੇ ਟਿਕਟ ਦਿੱਤੀ ਔਰ ਕਰਨਪੁਰ ਹਲਕੇ ਤੋਂ ਮੈਂ ਚੋਣ ਲੜਿਆ ਲੇਕਿਨ 1000 ਵੋਟ ਤੇ ਮੈਂ ਹਾਰ ਗਿਆ ਉਸ ਤੋਂ ਬਾਅਦ ਫਿਰ ਲਗਾਤਾਰ ਸਫਰ ਚੱਲ ਪਿਆ ਪੈਰੋ ਸਿੰਘ ਜੀ ਦੇ ਰਾਜ ਵਿੱਚ ਵੀ ਮੈਨੂੰ ਰਾਜ ਮੰਤਰੀ ਦੇ ਤੌਰ ਤੇ ਔਰ ਵੇਰ ਹਾਉ ਸਿੰਘ ਕਾਰਪੋਰੇਸ਼ਨ ਦੇ ਚੇਅਰਮੈਨ ਦੇ ਤੌਰ ਤੇ ਕੰਮ ਕਰਨ ਦਾ ਮੌਕਾ ਮਿਲਿਆ ਜੀ ਫਿਰ 2003 ਵਿੱਚ ਫਿਰ ਮੈਂ ਚੋਣ ਜਿੱਤ ਗਿਆ ਸਰਕਾਰ ਵਸੁੰਧਰਾ ਜੀ ਦੀ ਬਣੀ ਤਾਂ ਮੈਨੂੰ ਖੇਤੀਬਾੜੀ ਮੰਤਰੀ ਬਣਾਇਆ ਗਿਆ ਫਿਰ 13 ਦੇ ਵਿੱਚ ਫਿਰ ਦੁਬਾਰਾ ਸਾਡੀ ਬੀਜੇਪੀ ਦੀ ਸਰਕਾਰ ਬਣੀ ਮੈਂ ਐਮਐਲਏ ਕਰਨਪੁਰ ਤੋਂ ਬਣਿਆ ਤੇ ਮੈਨੂੰ ਪਹਿਲਾਂ ਲੇਬਰ ਔਰ ਸਕਿੱਲ ਡਿਵੈਲਪਮੈਂਟ ਔਰ ਪੰਚ ਮਿਕ ਮਿਕ ਬੋਰਡਰ ਦਿੱਤੇ ਗਏ ਲੇਕਿਨ ਬਾਅਦ ਦੇ ਵਿੱਚ ਰਾਜਸਥਾਨ ਦਾ ਸਭ ਤੋਂ ਵੱਡਾ ਵਿਭਾਗ ਜਿਹੜਾ ਮੰਨਿਆ ਜਾਂਦਾ ਹੈ ਉਹ ਹੈਗਾ ਮਾਈਨਸ ਡਿਪਾਰਟਮੈਂਟ ਕਿਉਂਕਿ ਬਹੁਤ ਰਾਜਸਥਾਨ ਦੇ ਵਿੱਚ ਭੰਡਾਰ ਪਏ ਹੈ ਇਹ ਮਾਰਬਲ ਗਰਨੇਟ ਔਰ ਬਹੁਤ ਸਾਰਾ ਪੈਟਰੋਲ ਡੀਜ਼ਲ ਗੈਸ ਤਾਂ ਮਨੂ ਡਿਪਾਰਟਮੈਂਟ ਦਿੱਤਾ ਗਿਆ ਸਕਿੱਲ ਡਿਵੈਲਪਮੈਂਟ ਵਿੱਚ ਮੰਤਰੀ ਰਹਿੰਦੇ ਵੀ ਕਾਫੀ ਅੱਛਾ ਕਰਨ ਦੀ ਕੋਸ਼ਿਸ਼ ਕੀਤੀ ਔਰ ਮੋਦੀ ਜੀ ਤੋਂ ਗਵਰਨਮੈਂਟ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਜਿਸ ਸਟੇਟਾਂ ਦੇ ਜਿਹੜੇ ਸਕਿੱਲ ਡਿਵੈਲਪਮੈਂਟ ਮੰਤਰੀ ਸੀ ਉਹਨਾਂ ਦਾ ਜਦੋਂ ਉਹਨਾਂ ਨੇ ਕਿਉਂਕਿ ਡਿਪਾਰਟਮੈਂਟ ਮੋਦੀ ਜੀ ਬਹੁਤ ਇੰਟਰਸਟ ਲੈਂਦੇ ਸੀ ਸਕਿੱਲ ਡਿਵੈਲਪਮੈਂਟ ਵਿੱਚ ਉਹਨਾਂ ਨੇ ਜਦੋਂ ਉਹਦਾ ਐਨਾਲਿਸਿਸ ਕਰਾਇਆ ਤਾਂ ਤਿੰਨ ਵਾਰ ਮੈਨੂੰ ਉਹਨਾਂ ਨੇ 골ਡਨ ਟਰੋਫੀ ਨਾਲ ਸਨਮਾਨਿਤ ਕੀਤਾ ਜੀ ਸਾਰੇ ਹਿੰਦੁਸਤਾਨ ਦੇ ਵਿੱਚ ਰਾਜਸਥਾਨ ਦੇ ਵਿੱਚ ਮੰਤਰੀ ਦੇ ਤੌਰ ਤੇ ਮੇਰਾ ਜੋ ਮਹਿਕਮਾ ਸੀ ਉਹ ਇੱਕ ਨੰਬਰ ਤੇ ਆਇਆ ਔਰ ਪ੍ਰਧਾਨ ਮੰਤਰੀ ਜੀ ਨੇ ਮੈਨੂੰ ਉਹ ਅਵਾਰਡ 1 ਕਰੋੜ ਰੁਪਏ ਦਾ ਔਰ 골ਡਨ ਟ੍ਰੋਫੀ ਲਗਾਤਾਰ ਦੋ ਬਾਰ ਅਸੀਂ ਉੱਥੇ ਜਿੱਤੀ ਜੀ ਸੁਰਿੰਦਰਪਾਲ ਜੀ ਐਜ਼ ਅ ਲੇਬਰ ਮਨਿਸਟਰ ਹੋਣ ਦੇ ਨਾਤੇ ਤੁਹਾਡੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਸਨ ਜਿਵੇਂ ਕਿ 15 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਪੀਐਮ ਮੋਦੀ ਦੀ ਹਰ ਹੱਥ ਵਿੱਚ ਰੋਜ਼ਗਾਰ ਦੇਣ ਦੀ ਸਕੀਮ ਨੂੰ ਦੇ ਸੁਪਨੇ ਨੂੰ ਸਾਕਾਰ ਕਰਨਾ ਅਜਿਹੀਆਂ ਚੁਣੌਤੀਆਂ ਨੂੰ ਪੂਰਾ ਕਰਦਿਆਂ ਹੋਇਆਂ ਆਪ ਜੀ ਨੇ ਜਿਸ ਤਰ੍ਹਾਂ ਇੱਕ ਸਕਸ਼ਮਤਾ ਦਿਖਾਈ ਹੈ ਉਥੇ ਇੱਕ ਪਹਿਲਾ ਸਿੱਖ ਚਿਹਰਾ ਹੋਣ ਦੇ ਨਾਤੇ ਹੋਰ ਕਿਹੜੀਆਂ-ਕਿਹੜੀਆਂ ਚੁਣੌਤੀਆਂ ਸਨ ਤੁਹਾਡੇ ਸਾਹਮਣੇ ਦੇਖੋ ਸਭ ਤੋਂ ਵੱਡੀ ਸਮੱਸਿਆ ਅੱਜ ਵੀ ਹੈ ਉਹ ਹੈ ਰੋਜ਼ਗਾਰ ਜੀ ਰੋਜ਼ਗਾਰ ਵਿੱਚ ਸਰਕਾਰੀ ਨੌਕਰੀਆਂ ਬੜੀਆਂ ਸੀਮਤ ਹੈ 1% ਵੀ ਨਹੀਂ ਹੈ ਸਰਕਾਰੀ ਨੌਕਰੀ ਹਰ ਬੰਦਾ ਚਾਹੁੰਦਾ ਹੈ ਮੈਂ ਲਵਾਂ ਲੇਕਿਨ ਮੋਦੀ ਜੀ ਦੀ ਸੋਚ ਹੈ ਕਿ ਸਰਕਾਰ ਸਭ ਨੂੰ ਨੌਕਰੀ ਨਹੀਂ ਦੇ ਸਕਦੀ ਲੇਕਿਨ ਰੋਜ਼ਗਾਰ ਯੁਕਤ ਕੀਤਾ ਜਾਏ ਇਸ ਕਰਕੇ ਉਹਨਾਂ ਨੇ ਸਕਿੱਲ ਡਿਵੈਲਪਮੈਂਟ ਦਾ ਵਿਭਾਗ ਬਣਾਇਆ ਔਰ ਉਹਦੇ ਵਿੱਚ ਉਹਨਾਂ ਨੇ ਛੋਟੇ-ਛੋਟੇ ਟ੍ਰੇਨਿੰਗ ਕੋਰਸੇ ਬਣਾਏ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਇੱਕੋ ਐਗਜ਼ਾਮਪਲ ਦੇਵਾਂਗਾ ਕਿ ਰਾਜਸਥਾਨ ਵਿੱਚ ਅਸੀਂ ਪਹਿਲਾ ਜੋ ਕੈਂਪ ਚਾਲੂ ਕੀਤਾ ਉਹ ਮਹਿਲਾਵਾਂ ਲਈ ਕੀਤਾ ਸਾਡੀਆਂ ਬੀਬੀਆਂ ਲਈ ਕੀਤਾ 6000 ਲੜਕੀਆਂ ਨੂੰ ਅਸੀਂ 6-6 ਮਹੀਨੇ ਦੀ ਇੱਕ ਟ੍ਰੇਨਿੰਗ ਦੇ ਕੇ ਸਕਿਉਰਿਟੀ ਗਾਰਡ ਦੇ ਰੂਪ ਵਿੱਚ ਉਹਨਾਂ ਨੂੰ ਤਿਆਰ ਕੀਤਾ ਔਰ ਮੈਨੂੰ ਬੜੀ ਪ੍ਰਸੰਤਾ ਹੈ ਬੜੀ ਸੰਤੁਸ਼ਟੀ ਇਸ ਗੱਲ ਤੋਂ ਕਿ 6000 ਦੀਆਂ 6000 ਲੜਕੀਆਂ ਨੂੰ ਇੱਕ ਸਾਲ ਦੇ ਵਿੱਚ ਰੋਜ਼ਗਾਰ ਮਿਲ ਗਿਆ ਕੰਪਨੀਆਂ ਦੇ ਵਿੱਚ ਜੀ ਐਸੇ ਤਰ੍ਹਾਂ ਸੀ ਕੁਝ ਐਸੇ ਐਗਜ਼ਾਮਪਲ ਦਿੱਤੇ ਗੁਡੀਆਂ ਬਣਾਉਣਾ ਖਿਡੌਣੇ ਬਣਾਉਣਾ ਇੱਕ ਛੋਟੀ ਜੀ ਪੀਲਾਂ ਦੀ ਲੜਕੀ ਜਿਹੜੇ ਪੀਰ ਬਹੁਤ ਹੀ ਬੈਕਵਰਡ ਸਮਾਜ ਹੈ ਉਹਦੇ ਵਿੱਚ ਬੜੀ ਕਲਾ ਸੀ ਅਸੀਂ ਉਹਨੂੰ ਟ੍ਰੇਨਿੰਗ ਦਿੱਤੀ ਉਹਨੇ ਡਾਲ ਬਣਾਈ 10 ਡਾਲਰ ਲੈ ਕੇ ਉਹ ਗਈ ਬਾਜ਼ਾਰ ਤੇ ਲੋਕਾਂ ਨੂੰ ਪਸੰਦ ਆਈਆਂ ਉਹਨਾਂ ਨੇ ਖਰੀਦ ਲਈ ਇੱਕ ਦੁਕਾਨਦਾਰ ਨੇ ਦੇਖ ਲਿਆ ਉਨੇ ਕਹਿਆ ਤੂੰ ਜਿੰਨੀਆਂ ਡਾਲਰ ਬਣਾਏਂਗੀ ਤੂੰ ਕਿੰਨੇ ਦੀ ਕੀਮਤ ਹੈ ਉਹਨੇ ਕਹਿਆ 100 ਰੁਪਏ ਕਹਿੰਦਾ 200 ਲੈ ਲੈਕਰ ਉਹ 30 ਡਾਲਰ ਬਣਾ ਕੇ ਮਹੀਨੇ ਦੇ ਦੇਣ ਲੱਗੀ ਉਹਨੇ ਕਹਿੰਦਾ ਵੀ ਤੂੰ ਰੋਜ਼ ਬਣਾਉਣੀ ਹੈ ਕਰਦੀ ਹੈ ਉਹਨੇ ਉਸ ਨੂੰ ਉਥੇ ਨੌਕਰੀ ਦਿੱਤੀ 30000 ਦੀ ਉਹਦੀ ਡਾਲਰ ਜਿਹੜੀ ਸਾਰੇ ਰਾਜਸਥਾਨ ਚ ਮਸ਼ਹੂਰ ਹੋ ਗਈ ਉਸ ਤੋਂ ਬਾਅਦ ਉਸਨੇ ਥੋੜਾ ਪੈਸਾ ਕਮਾ ਕੇ ਆਪਦੀ ਦੁਕਾਨ ਬਣਾ ਲਈ ਅੱਜ ਉਹ 1 ਲੱਖ ਰੁਪਏ ਤੋਂ ਜ਼ਿਆਦਾ ਮਹੀਨੇ ਤੋਂ ਜਿਸ ਟਾਈਮ ਐ ਸੀ ਤਾਂ 5 ਸਾਲ ਪਹਿਲ ਉਸ ਟਾਈਮ ਉਹ 1 ਲੱਖ ਰੁਪਏ ਮਹੀਨਾ ਕਮਾਉਣ ਲੱਗੀ ਤੋ ਰੋਜ਼ਗਾਰ ਯੁਕਤ ਕਰਨਾ ਇੱਕ ਬਹੁਤ ਜ਼ਰੂਰਤ ਹੈ ਜੇ ਦੇਸ਼ ਦੇ ਵਿੱਚ ਆ ਜਰਮਨੀ ਦੇ ਵਿੱਚ 90% ਲੋਕ ਜੋ ਹੈ ਸਕਿਲਡ ਟ੍ਰੇਨਡ ਹੈ ਆਪਣੇ ਇੱਥੇ 4% ਵੀ ਨਹੀਂ ਹੈ ਜਿਸਨੇ ਵੀ ਅੱਜ ਪ੍ਰੋਗਰੈਸਿਵ ਕੰਟਰੀ ਹੈ ਉਹਨਾਂ ਵਿੱਚ ਸਕਿੱਲ ਡਿਵੈਲਪਮੈਂਟ ਦੀ ਟ੍ਰੇਨਿੰਗ ਕਰਕੇ ਮਜ਼ਦੂਰ ਕੰਮ ਕਰਦੇ ਆ ਤਾਂ ਕੁਆਲਿਟੀ ਆਉਂਦੀ ਹੈ ਬਿਲਕੁਲ ਪਰ ਕੁਆਲਿਟੀ ਆਏਗੀ ਤੇ ਤੁਹਾਨੂੰ ਅੰਤਰਰਾਸ਼ਟਰੀ ਸਟੇਰ ਤੇ ਤੁਹਾਡਾ ਮਾਲ ਵਿਕੇਗਾ ਜੀ ਇਸ ਕਰਕੇ ਅੱਜ ਸਭ ਤੋਂ ਜ਼ਰੂਰਤ ਹੈ ਕਿ ਨੌਕਰੀ ਯੁਕਤ ਕਰਨ ਵਾਸਤੇ ਸਕਿੱਲ ਡਿਵੈਲਪਮੈਂਟ ਦੇ ਜਿਆਦਾ ਤੋਂ ਜਿਆਦਾ ਕੋਰਸ ਸਰਕਾਰਾਂ ਖੋਲਣ ਹਰ ਬੱਚਿਆਂ ਨੂੰ ਉਹਨਾਂ ਦੀ ਟ੍ਰੇਨਿੰਗ ਲੈ ਕੇ ਅਲੱਗ-ਅਲੱਗ ਸੈਕਟਰ ਦੇ ਵਿੱਚ ਪ੍ਰਾਈਵੇਟ ਜੋਬਸ ਮੈਨ ਜੀ ਸੁਰਿੰਦਰਪਾਲ ਜੀ ਜਿਵੇਂ ਕਿ ਐਜ਼ ਅ ਐਗਰੀਕਲਚਰ ਮਨਿਸਟਰ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਤੇ ਉਸ ਵਕਤ ਜੋ ਤੁਹਾਡੇ ਸਾਹਮਣੇ ਚੁਣੌਤੀਆਂ ਸਨ ਐਜ਼ ਅ ਐਗਰੀਕਲਚਰ ਮਨਿਸਟਰ ਜਿਵੇਂ ਕਿ ਰਾਜਸਥਾਨ ਵਿੱਚ ਕਿਸਾਨਾਂ ਦੀ ਗੱਲ ਹੋਵੇ ਉਹਨਾਂ ਦੀ ਦਸ਼ਾ ਸੁਧਾਰਨ ਦੀ ਗੱਲ ਹੋਵੇ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਜੋ ਵਿਪາກ ਸਨ ਜਿੱਥੇ ਸੁਧਾਰ ਦੀ ਬਹੁਤ ਲੋੜ ਸੀ ਆਪ ਜੀ ਵੱਲੋਂ ਹੋਰ ਕਿਹੜੇ-ਕਿਹੜੇ ਉਥੇ ਉਪਰਾਲੇ ਕੀਤੇ ਜੀ ਮੈਂ ਜਦੋਂ ਖੇਤੀਬਾੜੀ ਮੰਤਰੀ ਬਿਆ ਜੀ ਤੇ ਮੈਂ ਕੁਝ ਤਾਂ ਪੰਜਾਬ ਵਿੱਚ ਵੀ ਕਿਉਂਕਿ ਮੇਰਾ ਲਿੰਕ ਸੀ ਅਸੀਂ ਇੱਥੋਂ ਮਾਈਗ੍ਰੇਟ ਹੋ ਕੇ ਗਏ ਮੁਕਸਰ ਜ਼ਿਲ੍ਹੇ ਤੋਂ ਜੀ ਤੇ ਮੈਂ ਪੰਜਾਬ ਦੇ ਵਿੱਚ ਜੋ ਕੁਝ ਦੇਖਦਾ ਸੀ ਤੇ ਰਾਜਸਥਾਨ ਦੇ ਵਿੱਚ ਮੈਂ ਉਹ ਬਹੁਤ ਸਾਰੇ ਜਿਵੇਂ ਇੱਥੇ ਕਿਸਾਨ ਭਵਨ ਚੰਡੀਗੜ੍ਹ ਸੀ ਮੈਂ ਮੰਤਰੀ ਬਣਿਆ ਮਾਰਕੀਟਿੰਗ ਬੋਰਡ ਦਾ ਮੈਂ ਗੰਗਾ ਨਗਰ ਜ਼ਿਲ੍ਹਾ ਨਹੀਂ ਸਾਰੇ ਡਿਸਟ੍ਰਿਕਟ ਹੈੱਡਕੁਆਟਰ ਤੇ ਇੱਕ ਇੱਕ ਕਿਸਾਨ ਭਵਨ 5-5 ਕਰੋੜ ਦੀ ਕੀਮਤ ਨਾਲ ਬਣਾਇਆ ਜਿੱਥੇ ਕਿਸਾਨ ਬੁੜੇ ਸਸਤੇ ਦਰ ਤੇ ਖੜਦੇ ਆ ਉੱਤੇ ਖਾਣਾ ਮਿਲਦਾ ਹੈ ਉੱਥੇ ਉਹਨਾਂ ਨੂੰ ਕਿਤੇ ਵੀ ਚਲੇ ਜਾਓ ਤੁਸੀਂ ਜੈਪੁਰ, ਜੋਧਪੁਰ, ਬੀਕਨ ਹਰ ਜਗ੍ਹਾ ਔਰ ਜੈਪੁਰ ਦੇ ਵਿੱਚ ਇਤਿਹਾਸਿਕ ਬਣਾਇਆ ਕਿਉਂਕਿ ਮੇਰੇ ਚੰਡੀਗੜ੍ਹ ਦਾ ਦੇਖਿਆ ਵੇ ਸੀ ਕਿਸਾਨ ਭਵਨ ਉਹ ਮੈਂ ਪ੍ਰਿਵਿਲੇਜ ਦਿੱਤਾ ਫਿਰ ਕੀ ਸੀ ਸਾਡੇ ਇੱਕ ਕਮੀ ਸੀ ਕਿ ਸਾਡੇ ਬੱਚੇ ਖਾਹੇ ਖੇਤੀ ਤੋਂ ਬਾਹਰ ਨਹੀਂ ਕੰਮ ਕਰਦੇ ਸੀ ਜਿਹੜੀਆਂ ਸਾਡੀਆਂ ਏਪੀਐਮਸੀ ਐਕਟ ਹੈ ਇਹਦੇ ਵਿੱਚ ਕੇਵਲ ਕਿਹ ਵਰਗ ਦੇ ਜਿਹੜੇ ਕੰਮ ਕਰਨ ਵਾਲੇ ਆ ਅਰਥੀ ਦਾ ਕਮਿਸ਼ਨ ਏਜੰਟ ਜਿਨ੍ਹਾਂ ਨੂੰ ਬੋਲਦੇ ਆ ਉਹਨਾਂ ਨੂੰ ਹੀ ਦੁਕਾਨ ਲੋਟ ਹੁੰਦੀ ਸੀ ਅਸੀਂ ਕਿਹਾ ਵੀ ਕਿਸਾਨ ਦੇ ਬੱਚੇ ਨੂੰ ਅਲੋਟਮੈਂਟ ਕਿਉਂ ਨਹੀਂ ਮੈਂ ਮੰਤਰੀ ਹੋਣ ਦੇ ਨਾਤੇ 20% ਕੋਟਾ ਕਿਸਾਨਾਂ ਦਾ ਹਰ ਮੰਡੀ ਦੇ ਵਿੱਚ ਫਿਕਸ ਕਰਾਤਾ ਜੋ ਚੱਲ ਰਿਹਾ ਅੱਜ ਜੇਕਰ 200 ਦੁਕਾਨਾਂ ਮਿਲਦੀਆਂ ਕਿਤੇ ਅਲੋਟਮੈਂਟ ਹੁੰਦੀਆਂ 40 ਕਿਸਾਨਾਂ ਨੂੰ ਮਿਲਣੀਆਂ ਉਹ ਤੁਹਾਨੂੰ ਇਸ ਤਰ੍ਹਾਂ ਦਾ ਮੈਂ ਸਿਸਟਮ ਬਣਾਤਾ ਇਸੇ ਤਰ੍ਹਾਂ ਜਿਵੇਂ ਵੇਅਰ ਹਾਊਸ ਕਾਰਪੋਰੇਸ਼ਨ ਚ ਰਿਹਾ ਅੱਜ ਸਾਡੇ ਰਾਜਸਥਾਨ ਦੇ ਵਿੱਚ ਕੋਈ ਕਿਸਾਨ ਆਪਣਾ ਮਾਲ ਰੱਖਣਾ ਚਾਹੇ ਤਾਂ ਉਹਨੂੰ 50% ਸਬਸਿਡੀ ਹੈ ਔਰ ਉਸਨੂੰ ਸਾਰੇ ਮਾਲ ਦੇ ਉੱਤੇ ਐਡਵਾਂਸ ਪੇਮੈਂਟ ਗਵਰਨਮੈਂਟ ਦੇ ਦਿੰਦੀ ਜਦੋਂ ਮਰਜ਼ੀ ਰੱਖ ਲੇ ਔਰ ਜਦੋਂ ਕੀਮਤ ਆਏ ਉਦੋਂ ਵੇਚ ਦੇ ਜੀ ਬਹੁਤ ਸਾਰੇ ਕਾਨੂੰਨ ਜਿਹੜੇ ਕਿਸਾਨਾਂ ਨੂੰ ਔਰ ਬਹੁਤ ਸਾਰੇ ਅਧਿਕਾਰ ਨਹੀਂ ਮਿਲੇ ਸੀ ਅਸੀਂ ਉਧਰ ਆ ਕੇ ਕਿਸਾਨਾਂ ਦਾ ਜੀਵਨ ਸਤਰ ਉੱਚਾ ਕੀਤਾ ਜਿਵੇਂ ਸਾਡੇ ਉੱਤੇ ਕਿੰਨੂ ਉਤਪਾਦਕ ਹੈ ਸਾਡੇ ਕਿੰਨੂ ਦੇ ਜੋ ਵੀ ਉੱਥੇ ਨਰਸਰੀ ਹੈ ਉਹਦੇ ਜਿੰਨੀਆਂ ਕਮੀਆਂ ਸੀ ਤੇ ਮੈਂ ਉੱਥੇ ਇਸ ਤਰ੍ਹਾਂ ਦੀਆਂ ਅੱਛੀਆਂ ਲੈਬੋਰਾਟਰੀਆਂ ਬਣਾਈਆਂ ਜੈਵਿਕ ਜਿਹੜਾ ਉਤਪਾਦਨ ਰਾਜਸਥਾਨ 'ਚ ਬਹੁਤ ਹੁੰਦਾ ਕਿਉਂਕਿ ਉੱਥੇ ਖਾਦ ਦੀ ਬਹੁਤ ਘੱਟ ਉਜੁੰਦੀ ਹੈ ਜੈਵਿਕ ਲੈਬੋਰਾਟਰੀ ਨਹੀਂ ਸੀ ਮੈਂ 4.5 ਕਰੋੜ ਰੁਪਏ ਦੀ ਲੈਬੋਰਾਟਰੀ ਬਣਾਈ ਇਜ਼ਰਾਈਲ ਵਿੱਚ ਮੈਂ ਕਿਸਾਨਾਂ ਦੇ ਦੋ ਦਲਾਂ ਨੂੰ ਲੈ ਕੇ 100-100 ਬੰਦਿਆਂ ਨੂੰ 21-21 ਦਿਨ ਲਾ ਕੇ ਉਹਨਾਂ ਨੂੰ ਸਾਰਾ ਦਿਖਾਇਆ ਵੀ ਪਾਣੀ ਦੀ ਬਚਤ ਨਾਲ ਖੇਤੀ ਕਿਵੇਂ ਕਰਨੀ ਹੈ ਉੱਥੋਂ ਅਸੀਂ 올ਿਵ ਲੈ ਕੇ ਆਏ ਬੜਾ ਰਾਜਸਥਾਨ ਵਿੱਚ ਕਾਮਯਾਬ ਹੋਇਆ ਪਹਿਲੀ ਹਿੰਦੁਸਤਾਨ ਦੀ 올ਿਵ ਦੀ ਰਿਫਾਈਨ ਫੈਕਟਰੀ ਅਸੀਂ ਰਾਜਸਥਾਨ ਚ ਚਲਾਈ ਹੈ ਅੱਜ ਮਾਲਾ ਮਾਲ ਹੋ ਰਿਹਾ ਹੈ ਕਿਸਾਨ ਅਸੀਂ ਉੱਥੋਂ ਖਜੂਰ ਦੀ ਨਸਲ ਲੈ ਕੇ ਆਏ ਅਸੀਂ 올ਿਵ ਦੀਆਂ ਨਸਲਾਂ ਲੈ ਕੇ ਆਏ ਅਸੀਂ ਅਨਾਤ ਬੋਧੇ ਉੱਥੇ ਇਜ਼ਰਾਈਲ ਤੋਂ ਲੈ ਕੇ ਆਏ ਅੱਜ ਸਾਡੇ ਰਾਜਸਥਾਨ ਦੀ ਖਜੂਰ ਪੂਰੇ ਦੁਨੀਆ ਦੇ ਵਿੱਚ ਜਾਣ ਲੱਗੀ ਔਰ ਸਭ ਤੋਂ ਜੁੜੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਰਾਜਸਥਾਨ ਤੇ ਜਦੋਂ ਮੈਂ ਮੰਤਰੀ ਸੀ ਸਾਨੂੰ 1 ਕਰੋੜ ਰੁਪਏ ਦਾ ਅਕਰਬਨਤਾ ਪੁਰਸਕਾਰ ਮਿਲਿਆ ਸੈਂਟਰ ਗਵਰਨਮੈਂਟ ਤੋਂ ਕਿ ਸਭ ਤੋਂ ਜ਼ਿਆਦਾ ਪਰ ਈਲਡ ਅਗਰ ਕਿਸੇ ਨੇ ਪ੍ਰੋਗਰੈਸ ਕੀਤੀ ਹੈ ਕਿਸੇ ਸਟੇਟ ਨੇ ਤਾਂ ਰਾਜਸਥਾਨ ਹੈ ਬਿਲਕੁਲ ਤਾਂ ਉਤਪਾਦਨ ਦੇ ਵਿੱਚ ਇਸ ਕਰਕੇ ਮੈਂ ਕੀ ਕੀਤਾ ਕਿ ਜਿੰਨੇ ਡਿਸਟ੍ਰਿਕਟ ਸੀ ਜਿੱਥੇ ਜ਼ਿਆਦਾ ਅੱਛੇ ਉਤਪਾਦਨ ਹੁੰਦੇ ਸੀ ਉੱਥੇ ਸਾਰੀ ਜਗ੍ਹਾ ਅਸੀਂ ਸੀਡ ਦੀਆਂ ਜਿਹਨੀਆਂ ਉਹ ਲਾਂਚਸ ਲਗਾਏ ਰਾਜਸਥਾਨ ਸਟੇਟ ਕਾਰਪੋਰੇਸ਼ਨ ਨੇ ਅੱਜ ਜਿਹੜੇ ਉੱਤੇ ਚਣਾ ਬੀਜ ਦਾ ਉਹਨੂੰ 1500 ਰੁਪਏ ਤੱਕ ਬੋਨਸ ਮੂਬੀ ਦਾ ਉਹਨੂੰ 1000 ਰੁਪਏ ਬੋਨਸ ਹੈ ਤਾਂ ਕਿ ਅੱچھے ਅੱچھے ਸਰਟੀਫਾਈਡ ਸੀਟ ਤਿਆਰ ਹੋਣ। ਖੇਤੀ ਵਿਗਿਆਨ ਕੇਂਦਰ ਸਾਡੇ 162 ਕੀਤੇ ਉਸ ਤਰ੍ਹਾਂ ਕੋਸ਼ਿਸ਼ ਕੀਤੀ ਕਿ ਕਿ ਸਾਇੰਸ ਜਿਹੜੀ ਹੈ ਨਾ ਜਿੰਨਾ ਚਿਰ ਤੁਸੀਂ ਰਿਸਰਚ ਤੇ ਜੋੜ ਨਹੀਂ ਦਿਓਗੇ ਤੇ ਰਿਸਰਚ ਰਾਜਸਥਾਨ ਬਹੁਤ ਪਿੱਛੇ ਸੀ। ਅਸੀਂ ਰਿਸਰਚ ਦੇ ਉੱਤੇ ਪੂਰਾ ਜ਼ੋਰ ਦਿੱਤਾ ਔਰ ਅੱਜ ਰਾਜਸਥਾਨ ਦੇ ਵਿੱਚ ਹਰ ਚੀਜ਼ ਦੇ ਵਿੱਚ ਉਤਪਾਦਕਤਾ ਦੇ ਮਾਮਲੇ ਵਿੱਚ ਰਾਜਸਥਾਨ ਬਹੁਤ ਅੱਗੇ ਚਲਾ ਗਿਆ। ਸੋ ਸਰਿੰਦਰਪਾਲ ਜੀ ਡੀਟੀਜੀ ਕੌਸ਼ਲ ਵਿਕਾਸ ਯੋਜਨਾ ਬਾਰੇ ਤੁਸੀਂ ਕੀ ਸੋਚਦੇ ਹੋ? ਦੇ ਉਸ ਕੌਸ਼ਲ ਵਿਕਾਸ اور ਲੇਬਰ ডিপਾਰਟਮੈਂਟ ਦੋਨੋਂ ਅਟੈਸਟ ਹੈ ਸ਼ਰਮ ਵਿਭਾਗ ਜਦੋਂ ਮੇਰੇ ਕੋਲ ਮਿਲਿਆ ਤਾਂ ਮੈਂ ਦੇਖਿਆ ਕਿ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਮਜ਼ਦੂਰ ਹੈ ਇਹਨਾਂ ਦੀ ਹਾਲਤ ਬਹੁਤ ਮਾੜੀ ਹੈ ਔਰ ਇਹਨਾਂ ਨੂੰ ਮਜ਼ਦੂਰ ਦਾ ਦਰਜਾ ਮਿਲਿਆ ਹੋਇਆ ਨਹੀਂ ਕੇਵਲ ਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਔਰ ਕੇਵਲ ਕਾਰਪਟ ਦੇ ਕੰਮ ਕਰਨ ਵਾਲੇ ਨੂੰ ਮਜ਼ਦੂਰ ਕਾਰਡ ਮਿਲਦਾ ਸੀ ਇੱਕ ਸੇਸ ਸੈਂਟਰ ਨੇ ਲਾਇਆ ਸੀ ਜਿਹੜਾ 1% 10 ਲੱਖ ਤੋਂ ਉੱਤੇ ਕੋਈ ਸਰਕਾਰੀ ਜਾਂ ਕੋਈ ਕੰਮ ਹੈ ਉਹਦਾ ਉਹ ਕਲੈਕਸ਼ਨ ਹੁੰਦਾ ਸੀ 600 ਕਰੋੜ ਜਮ੍ਹਾਂ ਪਿਆ ਸੀ ਜੀ ਉਹ ਕਿਸੇ ਦੇ ਕੰਮ ਨਹੀਂ ਆ ਰਿਹਾ ਸੀ ਮੈਂ ਡਿਪਾਰਟਮੈਂਟ ਨੂੰ ਬੁਲਾਇਆ ਵੀ ਤੁਸੀਂ ਜਨਤਾ ਤੋਂ ਦੂਰ ਦੇ ਨਾਮ ਤੇ ਪੈਸਾ ਲੈ ਲਿਆ ਇਹਨੂੰ ਤੁਸੀਂ ਜਮ੍ਹਾਂ ਕਿਉਂ ਕਰ ਰੱਖਿਆ ਸੁਪਰੀਮ ਕੋਰਟ ਨੇ ਵੀ ਸਾਨੂੰ ਡਟ ਲਗਾਈ ਮੈਂ ਉੱਥੇ ਫਿਰ ਇੱਕ ਨਵੀਂ ਸਕੀਮ ਬਣਾਈ ਔਰ ਮੈਂ ਕਿਹਾ ਕਿ ਪਹਿਲਾ ਇੱਕ ਜ਼ਿਲ੍ਹੇ ਵਿੱਚ ਕੇਵਰ ਲੇਬਰ ਕਮਿਸ਼ਨਰ ਆਪਣਾ ਲੇਬਰ ਕਾਰਡ ਜਾਰੀ ਕਰਦਾ ਸੀ ਉਹ ਕਿੱਡਾ ਵੱਡਾ ਜ਼ਿਲ੍ਹਾ ਗੰਗਾ ਨਗਰ ਤੁਹਾਡੇ ਪੰਜਾਬ ਦਾ ਅੱਧੇ ਤੋਂ ਜ਼ਿਆਦਾ ਵੱਡਾ ਜ਼ਿਲ੍ਹਾ ਹੈ ਕੋਈ ਆਈ ਨਹੀਂ ਪਹੁੰਦਾ ਸੀ ਗਰੀਬ ਉੱਥੋਂ ਦੇ ਪਿੰਡਾਂ ਦਾ ਮੈਂ ਇੱਕ ਸਕੀਮ ਬਣਾ ਕੇ ਆਰਡਰ ਕੀਤੇ ਕਿ ਗ੍ਰਾਮ ਸੈਕਟਰੀ ਜੋ ਹੈ ਉਹ ਜਿਹੜਾ ਵੀ ਨਰੇਗਾ ਦੇ ਵਿੱਚ ਕੰਮ ਕਰਦਾ ਹੈ ਉਹ ਮਜ਼ਦੂਰ ਹੈ ਨਰੇਗਾ ਮਜ਼ਦੂਰੀ ਕਰਨ ਜਾਂਦਾ ਹੈ ਉਹ ਸਭ ਨੂੰ ਕਾਟ ਦਿਓ ਤੁਸੀਂ ਯਕੀਨ ਨਹੀਂ ਕਰੋਗੇ ਕਿ ਇੱਕ ਇੱਕ ਪਿੰਡ ਦੇ ਵਿੱਚ 6-600 ਮਜ਼ਦੂਰ ਕਾਰਡ ਬਣ ਗਏ ਪਹਿਲਾਂ ਪੂਰੇ ਰਾਜਸਥਾਨ ਵਿੱਚ 3 ਲੱਖ ਮਜ਼ਦੂਰ ਕਾਰਡ ਸੀ ਦੋ ਸਾਲਾਂ 'ਚ ਮੈਂ 32 ਲੱਖ ਮਜ਼ਦੂਰਾਂ ਨੂੰ ਦਿੱਤਾ ਜਿਹੜਾ ਕਿ ਪਿੰਡਾਂ ਦੇ ਵਿੱਚ 28 ਲੱਖ ਮਜ਼ਦੂਰਾਂ ਨੂੰ ਕਾਰਡ ਮਿਲਿਆ ਜਿਹੜੇ ਪਿੰਡਾਂ ਦੇ ਵਿੱਚ 20000 ਵੀ ਨਹੀਂ ਸੀ। ਔਰ ਮੈਂ ਬਹੁਤ ਸੰਸ਼ੋਧਨ ਬਹੁਤ ਕੀਤੇ। ਵੀ ਜਿਹੜਾ ਵੀ ਆਦਮੀ ਵੈਲਡਿੰਗ ਕਰਦਾ ਹੈ, ਜਾਲੀਆਂ ਬਣਾਉਂਦਾ ਹੈ, ਕੁਝ ਵੀ ਕਰਦਾ ਹੈ, ਸਾਰਾ ਲੇਬਰ ਕਰਦਾ ਉਹਨੂੰ ਮਜ਼ਦੂਰ ਕਾਰਡ ਦਿਓ। ਉਹਦੇ 'ਚ ਮੈਂ 11 ਯੋਜਨਾਵਾਂ ਬਣਾਈਆਂ। ਜਿਸ ਤਰ੍ਹਾਂ ਕੋਈ ਮਜ਼ਦੂਰ ਦੀ ਲੜਕੀ ਦੀ ਸ਼ਾਦੀ ਹੈ, ਸ਼ੁਭਸ਼ਕਤੀ ਯੋਜਨਾ 55000 ਰੁਪਏ ਨੂੰ ਦਿਓ। ਉਦੇ ਬੱਚੇ ਛੱਟੀ ਤੋਂ ਲਾ ਕੇ 12ਵੀਂ ਤੱਕ ਪੜ੍ਹਨ ਉਹਨੂੰ 5000 ਤੋਂ ਲੈ ਕੇ 40000 ਤੱਕ ਜਿਹੜੇ ਬੱਚੇ ਹੱਪਰ ਕਲਾਸਾਂ ਜਾਂਦੇ ਸੀ ਉਹਨਾਂ ਨੂੰ ਅਸੀਂ ਦਿੱਤਾ। ਔਰ ਉਦੋਂ ਬਾਅਦ ਉਹਦੀ ਸਾਰਾ ਟੋਟਲ ਇਲਾਜ ਫ੍ਰੀ ਕੀਤਾ। ਮਕਾਨ ਬਣਾਉਣ ਦੀ 1.5 ਲੱਖ ਦੀ ਯੋਜਨਾ ਉਹਦੇ ਲਈ ਬਣਾਈ। ਔਰ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਉਹਦੀ ਮੌਤ ਤੇ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਮੇਰੇ 2 ਸਾਲ ਦੇ ਟਾਈਮ ਵਿੱਚ 2000 ਮਜ਼ਦੂਰਾਂ ਨੂੰ 5-15 ਲੱਖ ਰੁਪਏ ਮੌਤ ਤੇ ਮਿਲਿਆ 45000 ਲੜਕੀਆਂ ਨੂੰ। ਜਿਹੜੀਆਂ ਬੱਚੀਆਂ ਗਰੀਬਾਂ ਦੀਆਂ ਸੀ ਉਹਨਾਂ ਦੇ ਸ਼ਾਦੀ ਤੇ 45-45 ਹਜ਼ਾਰ ਰੁਪਏ ਮਿਲਿਆ ਔਰ ਲਗਭਗ 1 ਲੱਖ ਬੱਚਿਆਂ ਨੂੰ ਜਿਹੜੇ ਮਜ਼ਦੂਰਾਂ ਦੇ ਪੜਦੇ ਸੀਗੇ ਉਹਨਾਂ ਨੂੰ ਸਕਾਲਰਸ਼ਿਪ ਮਿਲੀ ਤੇ ਬੱਚੇ ਸਕੂਲ ਜਾਣ ਲੱਗ ਪਏ ਉਹ ਕਾਰਡ ਨੂੰ ਦੇਖ ਕੇ ਸਾਰੇ ਸਟੇਟਾਂ ਵਿੱਚ ਲੋਕਾਂ ਨੇ ਪੁੱਛਿਆ ਕਿ ਰਾਜਸਥਾਨ ਵਿੱਚ ਇੰਨੀ ਪ੍ਰੋਗਰੈਸਿਵ ਕਿਵੇਂ ਸ਼ਰਮ ਡਿਪਾਰਟਮੈਂਟ ਹੋ ਗਿਆ ਜੀ ਤੇ ਉਸ ਦੀ ਕਾਪੀ ਸਾਰੇ ਕਰਕੇ ਤੇ ਹੁਣ ਲੇਬਰ ਯੋਜਨਾਵਾਂ ਲਾਗੂ ਕਰ ਰਹੇ ਹੈ ਤੇ ਇੰਨੀ ਵਧੀਆ ਸਕੀਮ ਚੱਲੀ ਕਈ ਹੁਣ ਟਿੱਟੀ ਕਾਰਡ ਕਰਨ ਲੱਗੇ ਟਿੱਟੀ ਕਾਰਡ ਬਣਾ ਲਓ ਸਭ ਕੁਝ ਮਿਲਦਾ ਹੈ ਮਜ਼ਦੂਰਾਂ ਲਈ ਇੰਨਾ ਪੈਸਾ ਸਟੇਟ ਗਵਰਨਮੈਂਟਾਂ ਨੂੰ ਮਿਲਦਾ ਸੀ ਇਸ ਦੇ ਵਿੱਚ ਲੇਕਿਨ ਅਗਰ ਸਟੇਟ ਗਵਰਨਮੈਂਟਾਂ ਉਹਨੂੰ ਠੀਕ ਤਰੀਕੇ ਨਾਲ ਉਹਨੂੰ ਯੂਜ਼ ਕਰਨ ਤੇ ਜ ਮਜ਼ਦੂਰੀ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਹਰ ਤਰ੍ਹਾਂ ਦੀ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਉਹਨਾਂ ਦੀ ਬੱਚੀਆਂ ਦੀ ਸ਼ਾਦੀ ਲਈ ਉਹਨਾਂ ਲਈ ਹਰ ਚੀਜ਼ ਲਈ ਪੈਸੇ ਦੀ ਕੋਈ ਕਮੀ ਨਹੀਂ ਸੁਸਰੇਂਦਰਪਾਲ ਜੀ ਜਿਵੇਂ ਕਿ ਅਸੀਂ ਗੱਲ ਕਰ ਰਹੇ ਸੀ ਤੁਹਾਡੇ ਰਾਜਨੀਤਿਕ ਸਫ਼ਰ ਦੀ ਤਾਂ ਰਾਜਸਥਾਨ ਵਿੱਚ ਸਿੱਖਾਂ ਦੀ ਡਿਵੈਲਪਮੈਂਟ ਵਿੱਚ ਖਾਸ ਕਰਕੇ ਭਾਜਪਾ ਵਿੱਚ ਸਿੱਖਾਂ ਦੀ ਡਿਵੈਲਪਮੈਂਟ ਵਿੱਚ ਆਪ ਜੀ ਦਾ ਕਿਸ ਤਰ੍ਹਾਂ ਦਾ ਯੋਗਦਾਨ ਰਿਹਾ ਦੇਖੋ ਜੀ ਰਾਜਸਥਾਨ ਔਰ ਪੰਜਾਬ ਦੋਨੇ ਆਪਸ ਦੇ ਵਿੱਚ ਵੱਡਾ ਭਰਾ ਛੋਟੇ ਭਰਾ ਵਾਲਾ ਰਿਸ਼ਤਾ ਹੈ ਕਿਉਂਕਿ ਬਾਰਡਰ ਲੱਗਦਾ ਹੈ ਔਰ ਇੱਥੋਂ ਲੋਕ ਉੱਠ ਕੇ ਸਾਰੇ ਗਏ ਹੈ ਜੀ ਬਹੁਤ ਗੰਗਾ ਨਗਰ ਡਿਸਟ੍ਰਿਕਟ ਜਿਸ ਤੋਂ ਅਸੀਂ ਚੋਣ ਲੜਦੇ ਹਾਂ ਹਨੂਮਾਨਗੜ੍ਹ ਡਿਸਟ੍ਰਿਕਟ ਇੱਥੋਂ ਸਾਰੇ ਜੋ ਸਾਡੇ ਮਾਲਵੇ ਖੇਤਰ ਦੇ ਜਾਂ ਅੱਗੇ ਵੱਡੇ ਵੱਡੇ ਕਿਸਾਨ ਸੀਗੇ ਉਹ ਸਾਰੇ ਉੱਥੇ ਮਾਈਗ੍ਰੇਟ ਹੋ ਗਏ ਹੋਏ ਇਸ ਤਰ੍ਹਾਂ ਕਿ ਮਹਾਰਾਜਾ ਗੰਗਾ ਸਿੰਘ ਨੇ 1856 ਚ ਕਾਲ ਪਿਆ 5 ਲੱਖ ਲੋਕ ਉਥੇ ਉਸ ਚ ਮਰ ਗਏ ਉਹਨਾਂ ਨੇ ਮਨ ਚ ਇੱਕ ਸੰਕਲਪ ਲਿਆ ਕਿ ਮੈਂ ਮੇਰੇ ਸੂਬੇ ਚ ਕਾਲ ਨਾ ਪੈ ਬਾਉਲਪੁਰ ਸਟੇਟ ਨਾਲ ਸਮਝੌਤਾ ਕੀਤਾ 1920 ਚ ਔਰ ਭਾਈ ਵਿੱਚ ਉਹਨਾਂ ਨੇ ਪੱਕੀ ਗੰਗ ਕਨਾਲ ਬਣਾਈ ਔਰ ਉਸ ਦੀ ਸਾਰੀ ਜ਼ਮੀਨ ਖਰੀਦੀ ਰਜਿਸਟਰੀ ਕਰਾਈ ਪੰਜਾਬ ਤੋਂ ਜਿਹੜੀ ਅੱਜ ਵੀ ਮੇਨਟੇਨ ਹੈ ਹਰੀਕੇ ਤੋਂ ਉਦਘਾਟਨ ਹੋਇਆ ਜੀ ਜਦੋਂ ਪਾਣੀ ਚਲਾ ਗਿਆ ਉਹਨਾਂ ਮੂਰੇ ਇਹ ਇੱਕ ਸਮੱਸਿਆ ਆ ਗਈ ਵੀ ਇੰਨਾ ਪੈਸਾ ਕਰਤਾ ਰੈਵਨਿਊ ਆ ਨਹੀਂ ਰਿਹਾ ਤੇ ਸਟੇਟ ਚੱਲੂ ਕਿਵੇਂ ਤਾਂ ਫਿਰ ਉਹਨਾਂ ਨੇ ਆਪਣੇ ਵਜ਼ੀਰਾਂ ਨੂੰ ਪੰਜਾਬ ਚ ਭੇਜਿਆ ਇਤੋਂ ਅੱਛੇ ਅੱਛੇ ਜ਼ਿਮੀਂਦਾਰਾਂ ਦੇ ਵੱਡੇ ਵੱਡੇ ਫੈਮਿਲੀਜ਼ ਰੈਪਿਊਟੇਡ ਉਹਨਾਂ ਨੂੰ ਸੋਨੇ ਦੇ ਕੜੇ ਦੇ ਦੇ ਕੇ ਇਨਵਾਈਟ ਕਰਕੇ ਮਹਾਰਾਜਾ ਗੰਗਾ ਸਿੰਘ ਲੈ ਕੇ ਗਏ ਉੱਥੇ ਉਹਨਾਂ ਨੂੰ ਜ਼ਮੀਨਾਂ ਜਿਹੜੀਆਂ ਖੁੱਲੀਆਂ ਦੋ ਦੋ ਤਿੰਨ ਤਿੰਨ ਚੱਕ ਸਾਡੇ ਉੱਤੇ ਛੋਟੇ ਪਿੰਡ ਨੂੰ ਚੱਕ ਬੋਲਦੇ ਆ ਉਹਨਾਂ ਨੂੰ ਅਲੋਟ ਕੀਤਾ ਔਰ ਉਹਨਾਂ ਲੋਕਾਂ ਨੇ ਮਿਹਨਤ ਕਰਕੇ ਅੱਜ ਪੰਜਾਬ ਨਾਲੋਂ ਵੀ ਬੈਟਰ ਸਾਡਾ ਜਿਹੜਾ ਗੰਗਾ ਨਗਰ ਜ਼ਿਲ੍ਹਾ ਹੈ ਉਤਪਾਦਨ ਵਿੱਚ ਮੰਨਿਆ ਜਾਂਦਾ ਹੈ ਔਰ ਉੱਥੇ ਇੰਨੀ ਅੱਛੀ ਮਿਹਨਤ ਕਰਕੇ ਜ਼ਮੀਨ ਤਿਆਰ ਕੀਤੀ ਔਰ ਅੱਜ ਉਸ ਗੰਗਾ ਨਗਰ ਜ਼ਿਲ੍ਹੇ ਨੂੰ ਅਨਾਜ ਦਾ ਕਟੋਰਾ ਮੰਨਿਆ ਜਾਂਦਾ ਵੀ ਸਾਰੇ ਰਾਜਸਥਾਨ ਦਾ ਟਿੱਡ ਜਿਹੜਾ ਹੈ ਗੰਗਾ ਨਗਰ ਹਨਮਾਨਗੜ ਪਰਦਾ ਇੰਨੀ ਫਰਟਾਈਲ ਜ਼ਮੀਨ ਆਪਣੇ ਲੋਕਾਂ ਨੇ ਮਿਹਨਤ ਕਰਕੇ ਕੀਤੀ ਔਰ ਉੱਥੇ ਜਾ ਕੇ ਜੋ ਬਸੇ ਸਿੱਖ ਉਹਨਾਂ ਨੇ ਆਪਣੀ ਪਛਾਣ ਬਣਾਈ ਔਰ ਅੱਜ ਇਸ ਕਰਕੇ ਉੱਥੇ ਸਾਡਾ ਸਤਕਾਰ ਵੀ ਹੁੰਦਾ ਹੈ ਜਦੋਂ ਵੀ ਮਨਿਸਟਰੀ ਬਣਦੀ ਹਾਲਾਂਕਿ ਅਸੀਂ ਬਹੁਤ ਘੱਟ ਗਿਣਤੀ 'ਚ ਐ ਲੇਕਿਨ ਹਮੇਸ਼ਾ ਜਦੋਂ ਵੀ ਸਾਡੀ ਬੀਜੇਪੀ ਦੀ ਗਵਰਨਮੈਂਟ ਬਣੀ ਅਸੀਂ ਤਿੰਨ ਤਿੰਨ ਸਰਦਾਰਾਂ ਨੂੰ ਜਾਂ ਤਾਂ ਕਨਸਟੀਟਿਊਸ਼ਨਲ ਸੱਤ ਲੈ ਕੇ ਮੰਤਰੀ ਬਣਾਇਆ ਗਿਆ ਜਾਂ ਸਾਨੂੰ ਮੰਤਰੀ ਦਾ ਦਰਜਾ ਦਿੱਤਾ ਗਿਆ ਜੀ ਸੁਰਿੰਦਰਪਾਲ ਜੀ ਰਾਜਸਥਾਨ ਦਾ ਪਟਿਆਲਾ ਦੀ ਵਿਰਾਸਤ ਨਾਲ ਵੀ ਸੰਬੰਧ ਰਿਹਾ ਰਾਜਸਥਾਨ ਦੇ ਜਿੰਨੇ ਵੀ ਰਿਸਾਈਨਸ ਫੈਮਿਲੀ ਆਏ ਰਾਜਪੂਤ ਕਾਨੇ ਜੀ ਉਹਨਾਂ ਦੇ ਯਾਤਾਂ ਲੜਕੇ ਲੜਕੀਆਂ ਕਿਉਂਕਿ ਇੱਕ ਟ੍ਰੈਡੀਸ਼ਨ ਹੈ ਕਿ ਹਾਈਜਾਇਨਸ ਫੈਮਲੀਆਂ ਰਾਜੇ ਜੋ ਵੀ ਪਰਿਵਾਰ ਹੈ ਇਹ ਆਪਣੇ ਹਾਈਜਾਇਨਸ ਫੈਮਲੀ 'ਚ ਰਿਸ਼ਤਾ ਕਰਦੇ ਹੈ ਚਾਹੇ ਲੜਕੇ ਦਾ ਚਾਹੇ ਲੜਕੀ ਦਾ ਦੂਸਰੀ ਕਿਸੇ 'ਚ ਨਹੀਂ ਕਰਦੇ ਅੱਜ ਤੱਕ ਇਹ ਟ੍ਰੈਡੀਸ਼ਨ ਚੱਲ ਰਹੀ ਹੈ ਮਹਾਰਾਜਾ ਪਟਿਆਲਾ ਇਹਨਾਂ ਦੀਆਂ ਸਿਸਟਰਾਂ ਸਾਰੀਆਂ ਬਰਤਪੁਰ ਹੈ ਸਾਡੇ ਬਰਤਪੁਰ ਸਟੇਟ ਦਾ ਰਾਜਪੂਤਾਂ ਨਾ ਕਵਰਨਟਗੁਰ ਸਿੰਘ ਜੀ ਹਮ ਸਾਡੇ ਵਿਦੇਸ਼ ਮੰਤਰੀ ਹੁੰਦੇ ਸੀ ਉਹ ਇਹਨਾਂ ਦੇ ਜੀਜਾ ਜੀ ਹੈ ਆਪਣੇ ਕੈਪਟਨ ਸਾਹਿਬ ਦੇ ਐਸੇ ਤਰ੍ਹਾਂ ਕੈਪਟਨ ਸਾਹਿਬ ਦੀਆਂ ਸਿਸਟਰਾਂ ਸਾਡੇ ਰੋਜ ਜੋਧਪੁਰ ਘਰਾਂ ਨੇ ਚ ਐਸੇ ਤਰ੍ਹਾਂ ਸਾਡੀ ਵਸੁੰਧਰਾ ਜੀ ਸੀਐਮ ਜਿਹੜੀ ਰਹੀ ਹੈ ਉਹ ਇੱਥੇ ਤੌਲਪੁਰ ਸਟੇਟ ਦੀ ਜਿਹੜੀ ਮਹਾਰਾਜਾ ਹੀਰਾ ਸਿੰਘ ਦੀ ਪ੍ਰੋਤੀ ਸੀ ਉਹ ਉੱਥੇ ਦੌਲਪੁਰ ਸਟੇਟ ਚ ਵਾਹੇ ਸੀ ਉਸਦੇ ਬੱਚਾ ਨਹੀਂ ਸੀ ਉਹ ਆਪਣੇ ਲੜਕੇ ਨੂੰ ਜੋ ਕਿ ਬਰਾੜ ਸਿਬਾਈ ਕਾਸਟ ਉਹਨੂੰ ਉੱਥੇ ਉਹਨੇ ਗੋਦ ਲੈ ਲਿਆ ਇਹ ਵਸੁੰਦਰਾ ਜੀ ਕਿਉਂਕਿ ਗਵਾਲੇ ਰਾਜ ਕਰਾਨੇ ਦੀ ਸੀ ਉਹਦਾ ਰਾਜ ਕਰਾਨੇ ਚ ਰਿਸ਼ਤਾ ਹੋਇਆ ਤਾਂ ਉਹ ਹਿਜਨਸ ਫੈਮਿਲੀ ਚ ਹਿੰਮਤ ਸਿੰਘ ਜੀ ਜਿਹੜੇ ਮਹਾਰਾਜਾ ਨਾਬਾ ਸਿੰਘ ਦੇ ਪੜੋਤੇ ਸੀ ਹੀਰਾ ਸਿੰਘ ਜੀ ਦੇ ਉਹਨਾਂ ਨਾਲ ਹੋਇਆ ਉਹ ਅੱਜ ਆਪਦੇ ਆਪ ਨੂੰ ਕਹਿੰਦੀ ਹੈ ਮੈਂ ਪੰਜਾਬੀਆਂ ਦੀ ਨੋਹ ਆ ਔਰ ਹੈ ਵੀ ਕਿਉਂਕਿ ਉਹ ਹਿਜਨਸ ਫੈਮਿਲੀ ਗੋਤ ਚਲੇ ਚਲਾ ਗਿਆ ਲੇਕਿਨ ਸਿੱਧੂਆਂ ਦੇ ਨਾਲ ਵਿਆਹੀ ਹੈ ਸੋ ਹੱਡਮਾਸ ਦਾ ਰਿਸ਼ਤਾ ਹੈ ਸਾਡਾ ਰਾਜਸਥਾਨ ਦੇ ਬਹੁਤ ਸਾਰੇ ਰਾਜਪੂਤ ਘਰਾਣਿਆਂ ਦੇ ਜਿਹੜੇ ਹਜਰਨਸ ਫੈਮਿਲੀ ਸੀ ਜਿਹੜੇ ਉੱਥੋਂ ਦੇ ਸ਼ਾਸਕ ਸੀ ਉਹਨਾਂ ਦੇ ਜਾਂ ਤਾਂ ਲੜਕੇ ਇੱਧਰ ਆਏ ਆ ਜਾਂ ਇੱਥੋਂ ਦੀਆਂ ਲੜਕੀਆਂ ਪੰਜਾਬ ਦੇ ਰਾਜਾਂ ਜਿਵੇਂ ਕਪੂਰ ਨਾਬਾ ਪਟਿਆਲਾ ਕਪੂਰਥਾਲਾ ਉੱਧਰ ਵੇਈਆਂ ਜੀ ਸੁਰਿੰਦਰਪਾਲ ਜੀ ਰਾਜਸਥਾਨ ਦੀ ਧਰਤੀ ਤੇ ਸਾਡੇ ਗੁਰੂ ਸਾਹਿਬਾਨਾਂ ਦੀਆਂ ਪਵਿੱਤਰ ਨਿਸ਼ਾਨੀਆਂ ਵੀ ਮੌਜੂਦ ਨੇ ਉਹਨਾਂ ਬਾਰੇ ਸਾਡੇ ਦਰਸ਼ਕਾਂ ਨੂੰ ਥੋੜੀ ਜਿਹੀ ਦੋਗੋ ਜੀ ਬਹੁਤ ਵੱਡੀ ਇੱਕ ਸਾਡੀ ਸਿੱਖ ਹਿਸਟਰੀ ਗੁਰੂਆਂ ਦੀ ਚਰਨਛੋਹ ਧਰਤੀ ਰਾਜਸਥਾਨ ਹੈ ਜੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਹਜ਼ੂਰ ਸਾਹਿਬ ਗਏ ਤਾਂ ਸਰਸਾ ਤੋਂ ਬਾਅਦ ਉੱਥੋਂ ਨੌਰਚ ਉਹਨਾਂ ਨੇ ਐਂਟਰੀ ਕੀਤੀ ਉੱਥੇ ਵੀ ਗੁਰਦੁਆਰਾ ਕਬੂਤਰ ਸਰ ਬਣਿਆ ਘੋੜੇ ਦੇ ਪੈੜ ਥੱਲੇ ਕਬੂਤਰ ਆ ਗਿਆ ਪੰਡਤਾਂ ਨੇ ਰੌਲਾ ਪਾ ਲਿਆ ਵੀ ਕਬੂਤਰ ਕਿਉਂ ਮਰ ਗਿਆ ਤੇ ਗੁਰੂ ਸਾਹਿਬ ਨੇ ਕਿਹਾ ਇਸ ਦੀ ਆਈ ਸੀ ਮਰ ਗਿਆ ਉਹ ਕਹਿੰਦੇ ਦੂਜੇ ਨਹੀਂ ਮਰੇ ਉਹ ਕਹਿੰਦੇ ਇਹਨਾਂ ਦੀ ਆਈ ਹੋਈ ਤੇ ਮਰ ਜਾਣਗੇ ਉਹ ਵੀ ਮਰ ਗਏ ਫੇਰ ਰੋਲਾ ਪੈ ਗਿਆ ਵੀ ਇਹ ਤਾਂ ਸਾਰੇ ਮਾਰਤੇ ਤੇ ਉਹ ਕਹਿਣ ਲੱਗੇ ਜੀ ਇੱਕ ਉਮਰਗੇ ਤੇ ਇਹਨਾਂ ਦਿੱਤ ਨਹੀਂ ਆਈ ਸੀ ਉਦੋਂ ਆਈ ਸੀ ਉਹ ਕਹਿੰਦੇ ਨਹੀਂ ਉੱਡ ਜਾਣਗੇ ਕਬੂਤਰ ਉੱਡ ਗਏ ਤੇ ਇੱਕੋ ਰਹਿ ਗਿਆ ਕਹਿੰਦੇ ਇਹਨੂੰ ਵੀ ਜਿੰਦਾ ਕਰੇ ਕਹਿੰਦੇ ਇਹ ਨਹੀਂ ਕਰ ਸਕਦੇ ਆਕਾਲ ਪੁਰਖ ਦੇ ਪਾਣੇ ਚ ਦੀ ਆਈ ਸੀ ਤੇ ਉੱਥੇ ਹੁਣ ਉਹ ਕਬੂਤਰ ਸਰ ਗੁਰਦੁਆਰਾ ਬਣਿਆ ਹੋਇਆ ਜਿੱਥੇ ਉਹਨਾਂ ਨੇ ਫਿਰ ਬਾਟ ਕੇ ਬੈਠ ਕੇ ਉਹਨਾਂ ਨਾਲ ਪੰਡਤਾਂ ਨਾਲ ਵਿਵਾਦ ਕੀਤਾ ਸੰਵਾਦ ਉੱਥੇ ਵੀ ਉਹ ਗੁਰਦੁਆਰਾ ਬਣਿਆ ਉਦੋਂ ਬਾਅਦ ਗੁਰੂ ਸਾਹਿਬ ਜੀ ਸਾਡੇ ਬਾਦਰਾ ਏਰੀਆ ਔਰ ਉਹ ਚੂਰੂ ਡਿਸਟ੍ਰਿਕਟ ਚੋਂ ਦਾ ਸਾਹਾ ਸਾਹਿਬ ਉੱਥੇ ਚਲੇ ਗਏ ਉਹ ਜਦੋਂ ਥੱਕੇ ਸੀ ਉੱਥੋਂ ਦੇ ਜਿਹੜੇ ਸ਼ਰਦਾਲੂ ਸੀ ਉਹਨਾਂ ਨੇ ਉਹਨਾਂ ਦਾ ਕਮਰਕੱਸਾ ਖੋਲ ਦਿੱਤਾ ਜਦੋਂ ਕਮਰਕੱਸਾ ਖੋਲਿਆ ਸੱਪ ਇੱਕ ਜਾ ਕੇ ਪਰਦੀ ਚ ਵੜ ਗਿਆ ਉਹਨਾਂ ਨੇ ਕਿਹਾ ਮਹਾਰਾਜ ਬੜੇ ਕੌਤਕ ਘਟਰਾ ਹੋਈ ਇੱਕ ਸੱਪ ਜੜ ਗਿਆ ਉਹ ਕਹਿੰਦੇ ਵੀ ਮਾੜੀ ਗੱਲ ਕੀਤੀ ਤੁਸੀਂ ਮੈਂ ਤਾਂ ਇਹ ਕਾਲ پکڑ ਕੇ ਲਿਆ ਸੀ ਤੇ ਅੱਗੇ ਛੱਡਣਾ ਸੀ ਤੁਸੀਂ ਇਹਨੂੰ ਸੋਲਤਾ ਤਾਂ ਤੁਹਾਡੇ ਇਲਾਕੇ ਚ ਕਾਲ ਆ ਗਿਆ ਤਾਂ ਉਹਨੇ ਕਿਹਾ ਫਿਰ ਅਸੀਂ ਤਾਂ ਤੁਹਾਡੇ ਸ਼ਰਦਾਲੂਆਂ ਨੂੰ ਹੀ ਸੇਵਾ ਕੀਤੀ ਹੈ ਉਹਨਾਂ ਨੇ ਕਿਹਾ ਫਿਰ ਇੱਕ ਝੰਡੀ ਔਰ ਪੀਪਲ ਖੜੇ ਸੀ ਉਹਨਾਂ ਨੇ ਕਿਹਾ ਵੀ ਆਹ ਝੰਡੀ ਜਦੋਂ ਆ ਪੀਪਲ ਖਾਜੇਗਾ ਖਤਮ ਕਰ ਦੇਗਾ ਇਹਨੂੰ ਸਾਰੀ ਨੂੰ ਕਵਰ ਕਰ ਜਾਏਗਾ ਉਦੋਂ ਤੁਹਾਡੇ ਬਹਾਰ ਹੋ ਜਾਏਗੀ ਹੁਣ ਉਹ ਪਿਛਲੇ 4-5 ਸਾਲ ਪਹਿਲਾਂ ਉਹ ਹੌਲੀ-ਹੌਲੀ ਉਹ ਜੰ ਜਿਹੜੀ ਜੰਡੀ ਸੀ ਨਾ ਉਸ ਨੂੰ ਪੀਪਲ ਨੇ ਕਵਰ ਕਰ ਲਿਆ ਉਹ ਖਤਮ ਹੋ ਗਈ ਅੱਜ ਉੱਤੇ ਰਾਜਸਥਾਨ ਲਿਫਟ ਕਨਾਲ ਉੱਤੇ ਐਡੀ ਵੱਡੀ ਮੰਡੀ ਉੱਤੇ ਐਡਾ ਵੱਡਾ ਸਟੇਸ਼ਨ ਪੰਪਿੰਗ ਸਟੇਸ਼ਨ ਕਿ ਉੱਤੇ ਬਾਰੇ ਨਹਿਰੇ ਹੋ ਗਏ ਗੁਰੂ ਗੋਬਿੰਦ ਸਿੰਘ ਜੀ ਉੱਤੇ ਐਡਾ ਸ਼ਾਨਦਾਰ ਗੁਰਦੁਆਰਾ ਬਣਿਆ ਜਿਸ ਦਾ ਕੋਈ ਕਹਿ ਨਹੀਂ ਸਕਦੇ ਉਦੋਂ ਅੱਗੇ ਆ ਜਾਓ ਤੁਸੀਂ ਨਾ ਰਹਿਣਾ ਜਿੱਥੇ ਗੁਰੂ ਸਾਹਿਬ ਜੀ ਖੁਦ ਦਾਦੂ ਪੰਥੀਆਂ ਦੇ ਨਾਲ ਰੁਕੇ ਉਹਨਾਂ ਨੇ ਉਹਨਾਂ ਨੂੰ ਸੱਦਿਆ ਦਾਦੂ ਪੰਥੀ ਉੱਥੋਂ ਦੇ ਬਹੁਤ ਵੱਡੇ ਮਤਲਬ ਪੰਡਿਤ ਸੀਗੇ ਜਿਹੜੇ ਸਮਝੇ ਜਾਂਦੇ ਸੀ ਵਿਦਵਾਨ ਹੈ ਉਹਨਾਂ ਨਾਲ ਉਹਨਾਂ ਨੇ ਗੋਸ਼ਟੀਆਂ ਕੀਤੀਆਂ ਉਹਨਾਂ ਨੂੰ ਹਰਾਇਆ ਉੱਥੇ ਉਹਨਾਂ ਦੇ ਬਾਜ਼ ਨੂੰ ਜੋ ਨਾਲ ਲੱਗੇ ਕਰਨ ਲੱਗੇ ਤੁਹਾਡੀ ਸੇਵਾ ਹੋ ਗਈ ਇਹਨੇ ਤਮਸਖਾਨਾ ਸੀ ਪੰਡਿਤ ਹੈ ਤੇ ਉਹਨਾਂ ਨੇ ਕਿਹਾ ਜੋ ਸ਼ਰਦਾ ਨਾ ਪਾਉਂਗੇ ਤੇ ਉੱਥੇ ਬਾਜਰਾ ਪਾਇਆ ਬਾਜ ਬਾਜਰਾ ਖਾ ਗਿਆ ਔਰ ਉਸਨੇ ਸਾਰੇ ਉਹ ਲੋਕਾਂ ਨੇ ਗੁਰੂ ਸਾਹਿਬ ਨੂੰ ਉੱਥੇ ਬਹੁਤ ਵੱਡਾ ਜੋ ਸੁਵਾ ਸੁਣ ਕੇ ਉਹਨਾਂ ਦੇ ਫੋਲੋਅਰਸ ਬਣੇ ਬਹੁਤ ਵੱਡਾ ਗੁਰਦੁਆਰਾ ਅੱਗੇ ਸੰਵਰਦਾ ਜਿੱਥੇ ਇੱਕ ਨੀਨਾ ਗੁਰੂ ਸਾਹਿਬ ਰਹੇ ਬਾਵੜੀ ਜਿੱਥੇ ਇਸ਼ਨਾਨ ਕਰਦੇ ਰਹੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਆਪ ਗੁਰੂ ਸਾਹਿਬ ਨੇ ਬੈਠ ਕੇ ਕਰਾਈ ਆ ਆਪ ਦੇ ਹੱਥ ਲਿਖੀ ਕਿ ਉੱਥੇ ਦਰਸ਼ਨ ਕਰਨ ਲੋਕ ਜਾਂਦੇ ਐ ਐਨੇ ਗੁਰੂ ਗੁਰੂ ਨਾਨਕ ਦੇਵ ਜੀ ਦੇ ਬਹੁਤ ਸਾਰੇ ਥੱਲੇ ਗੁਰਦੁਆਰੇ ਆ ਜੀ ਜੇ ਤੁਸੀਂ ਜਾਓ ਅੱਗੇ ਸਭ ਤੋਂ ਵੱਡਾ ਜਿਹੜਾ ਤੀਰਥ ਰਾਜ ਮੰਨਿਆ ਜਾਂਦਾ ਹੈ ਉਹ ਪੁਸ਼ਕਰ ਹੈ ਪੁਸ਼ਕਰ ਗੁਰੂ ਗਰੰਥ ਸਿੰਘ ਜੀ ਗਏ ਉੱਥੇ ਉਹਨਾਂ ਨੇ ਪੰਡਤਾਂ ਨੇ ਜਦੋਂ ਉਹਨਾਂ ਦਾ ਮਾਨ ਸਨਮਾਨ ਕੀਤਾ ਉਹਨਾਂ ਨੂੰ ਲਿਖ ਕੇ ਦਿੱਤਾ ਔਰ ਉਹਨਾਂ ਦੀ ਲਿਖਤ ਜਿਹੜੀ ਹੈ ਨਾ ਉਹ ਅੱਜ ਤੱਕ ਪਈ ਹੈ ਲੋਕ ਉੱਥੇ ਦਰਸ਼ਨ ਕਰਕੇ ਹੁੰਦੇ ਆ ਤਾਮਰ ਪੱਤਰ ਦੇ ਉੱਤੇ ਬਹੁਤ ਵੱਡਾ ਇਤਿਹਾਸਿਕ ਗੁਰਦੁਆਰਾ ਉੱਥੇ ਬਣਿਆ ਸਾਡੇ ਉਦੋਂ ਅੱਗੇ ਚਲੇ ਜਾਓ ਤੇ ਤੁਹਾਡੇ ਗੁਰੂ ਨਾਨਕ ਦੇਵ ਜੀ ਦੇ ਬਹੁਤ ਗੁਰਨਾਨਕ ਸਾਹਿਬ ਜਦੋਂ ਰਾਜਸਥਾਨ ਚ ਆਏ ਤੇ ਉੱਥੇ ਹੀ ਗੁਰਦੁਆਰਾ ਸਾਡਾ ਅਸੀਂ ਸਾਡੇ ਟਾਈਮ 'ਚ ਜ਼ਮੀਨ ਅਲਾਟ ਕਰਾ ਕੇ ਬਣਾਇਆ ਉਸ ਗੁਰਦੁਆਰੇ 'ਚ ਗੁਰਨਾਨਕ ਦੇਵ ਜੀ ਨੇ ਜਦੋਂ ਮਰਦਾਨੇ ਨੇ ਕਿਹਾ ਵੀ ਪਾਣੀ ਹੈ ਨਹੀਂ ਇੱਥੇ ਤਾਂ ਝਾੜ ਹੀ ਝਾੜਾ ਹੈ ਉਹਨਾਂ ਨੇ ਕਿਹਾ ਧਰਤੀ ਪੁੱਟ ਲੋ ਤੇ ਪਾਣੀ ਆ ਗਿਆ 4 ਫੁੱਟ ਤੇ ਅੱਜ ਵੀ ਉਹਦੇ ਅੜੋਸ ਬੜੋ ਸੱਚ ਪਾਣੀ ਜਿਹੜਾ 500 ਫੁੱਟ ਤੇ ਹੈ ਲੇਕਿਨ ਉਸ ਕੂਏ ਦਾ ਪਾਣੀ 4 ਫੁੱਟ ਤੇ ਹੈ ਇੰਨਾ ਇਤਿਹਾਸਿਕ ਗੁਰਦੁਆਰਾ ਬਣਿਆ ਜਿਸ ਦੀ ਕੋਈ ਸੀਮਾ ਨਹੀਂ ਹੈ ਫਿਰ ਅੱਗੇ ਕੋਲੈਸ ਸਾਹਿਬ ਹੈ ਉੱਥੇ ਗੁਰੂ ਨਾਨਕ ਜੀ ਵੀ ਆਏ ਉੱਥੇ ਟਿੱਬੇ ਤੇ ਬੈਠੇ ਉਹ ਟਿੱਬਾ ਜਿਹੜਾ ਗੇਟ ਦੇ ਸਾਹਮਣੇ ਹੈ ਬਹੁਤ ਵੱਡਾ ਸਰੋਵਰ ਹੈ ਕਪਲਮੁਣੀ ਦਾ ਔਰ ਜਿੱਥੇ ਕੋਲੈਸ ਬਹੁਤ ਦੁਨੀਆ ਜਾਂਦੀ ਹੈ ਉੱਥੇ ਵੀ ਗੁਰੂ ਨਾਨਕ ਦੇਵ ਦਾ ਬਹੁਤ ਵੱਡਾ ਇਤਿਹਾਸਿਕ ਗੁਰਦੁਆਰਾ ਬਣਿਆ ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਭਗਤਾਂ ਦੀ ਬਾਣੀ ਹੈ ਇਹਦੇ ਵਿੱਚ ਦੂਹ ਪਗਤ ਜੀ ਰਾਜਸਥਾਨ ਦੇ ਹੋਏ ਇੱਕ ਧੰਨਾ ਪਗਤ ਜੀ ਔਰ ਇੱਕ ਪੀਪਾ ਜੀ ਪੀਪਾ ਜੀ ਚਾਦਾਵੜ ਦੇ ਰਾਜੇ ਸੀ ਉਹਨਾਂ ਨੂੰ ਜਦੋਂ ਵਰਾਗ ਹੋਇਆ ਤੇ ਉਹਨਾਂ ਨੇ ਜਿਹੜੇ ਕੋਰੇ 'ਚ ਬੈਠ ਕੇ ਤਪੱਸਿਆ ਕੀਤੀ ਤੇ ਭਗਵਾਨ ਦੇ ਦਰਸ਼ਨ ਕੀਤੇ ਉਹ ਅੱਜ ਸਾਰਾ ਸਥਾਨ ਤੇ ਉਹਨਾਂ ਦੇ ਸ਼ਲੋਕ ਜਿਹੜੇ ਬਾਣੀ 'ਚ ਦਰਜ ਹੈ ਉੱਥੇ ਅਸੀਂ 5 ਏਕੜ ਜ਼ਮੀਨ ਅਲਾਟ ਕਰਾਈ ਹੈ ਸ਼ਾਨਦਾਰ ਗੁਰਦੁਆਰਾ ਬਾਬਾ ਲੱਖਾ ਸਿੰਘ ਜੀ ਬਣਾਉਣ ਦੀ ਤਿਆਰੀ ਕਰ ਰਹੇ ਧੰਨਾ ਪਗਤ ਜੀ ਜਿੱਥੇ ਉਹਨਾਂ ਨੇ ਆਪਣਾ ਹਲ ਚਲਾਇਆ ਜਿਦੇ ਬਾਰੇ ਆਪਾਂ ਰੋਜ਼ ਬਾਣੀ ਚ ਪੜਦੇ ਆ ਕਿ ਉਹਨਾਂ ਨੇ ਪਰਮਾਤਮਾ ਦੇ ਦਰਸ਼ਨ 48 ਘੰਟਿਆਂ ਚ ਕੀਤੇ ਤਰਲੋਚਨ ਜੀ ਦੇ ਜਿੱਦ ਕਰਕੇ ਕਿਉਂਕਿ ਤਰਲੋਚਨ ਦੇ ਉਹ ਸੀਗੇ ਗਾਇਆਂ ਚਰਾਉਣ ਵਾਲੇ ਉਹ ਪੰਡਤ ਸੀ ਉਹ ਪੂਜਦਾ ਸੀ ਪੱਥਰਾਂ ਨੂੰ ਤੇ ਉਹਨਾਂ ਨੂੰ ਪੂਜ ਕੇ ਕਹਿੰਦਾ ਸੀ ਵੀ ਇਹ ਸਭ ਕੁਝ ਦਿੰਦੇ ਆ ਤੇ ਧੰਨਾ ਜੀ ਕਹਿਣ ਲੱਗੇ ਇੱਕ ਪੰਡਤ ਜੀ ਮੈਨੂੰ ਵੀ ਦੇ ਦਿਓ ਮੈਂ ਵੀ ਕੁਛ ਨਾ ਕੁਛ ਲੈ ਲਾਂ ਉਨੇ ਕਹੇ ਅਭੀ ਨਹੀਂ ਇਹ ਤੇਰੇ ਨਹੀਂ ਕਰ ਨਹੀਂ ਸਕਦਾ ਤੂੰ ਇਹਦੀ ਸੇਵਾ ਦੀ ਪੂਜਾ ਨਹੀਂ ਕਰ ਸਕਦਾ ਉਹ ਜਿੱਦ ਕਰ ਲਈ ਗਾਈਆਂ ਚਰਉਣੀਆਂ ਬੰਦ ਕਰਦੀਆਂ ਉਸਨੇ ਪਲਾਨਿੰਗ ਕੀਤੀ ਪੱਥਰ ਘੜ ਕੇ ਉਹਨੂੰ ਫੜਾਤਾ ਉਹ ਘਰੇ ਉਹ ਪੱਥਰ ਮੂਰੇ ਪ੍ਰਸ਼ਾਦਾ ਬਣਾ ਕੇ ਬੈਠ ਗਿਆ 48 ਘੰਟੇ ਕੁਝ ਨਹੀਂ ਖਾਦਾ ਆਪ ਪਰਮੇਸ਼ਰ ਪੈਦਾ ਹੋਏ ਭੋਜਨ ਤੰਨੇ ਨੂੰ ਉਹਨਾਂ ਨੇ ਸ਼ਿਕਾਇਆ ਤੇ ਤੰਨੇ ਨੇ ਉਹਨਾਂ ਤੋਂ ਜੋ ਮੰਗਿਆ ਕਿ ਮੈਂ ਜਦੋਂ ਚਾਹਾਂ ਉਹ ਤੋਂ ਦਰਸ਼ਨ ਲੈਣੇ ਕਹਿਣਗੇ ਫਿਰ ਉਹ ਤਰਲੋਚਨ ਨੂੰ ਵੀ ਦਰਸ਼ਨ ਕਰਾਏ ਈਸ਼ਵਰ ਦੇ ਤੇ ਉੱਥੇ ਜਦੋਂ ਤੰਨਾ ਸਾਹਿਬ ਬਣਾਉਂਦੇ ਸੀਗੇ ਪ੍ਰਮਾਤਮਾ ਨੂੰ ਤੇ ਉਹ ਆਪ ਸੌ ਜਾਂਦੇ ਤੇ ਉਹਨਾਂ ਦੇ ਪਸ਼ੂ ਪ੍ਰਮਾਤਮਾ ਆਪ ਚਾਰਦਾ ਸੀ ਉਹ ਜਗਾ ਉਹ ਹਾਲਟ ਉਹ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਬਣਿਆ ਸਾਵਾ 5 ਕਰੋੜ ਰੁਪਏ ਅਸੀਂ ਮੁੱਖ ਮੰਤਰੀ ਜੀ ਤੋਂ ਉੱਥੇ ਪੈਰਾਨੋਮਾ ਬਣਾਇਆ ਉੱਥੇ ਅੱਜ 50 ਲੱਖ ਸਾਲਾਨਾ ਪੀਲਗ੍ਰਿਮਸ ਆ ਰਹੇ ਆ ਸਿੱਖ ਜਿਹੜੇ ਐ ਯਾਤਰੂ ਉਹ ਦਰਸ਼ਨ ਕਰਨ ਵਾਸਤੇ ਇਹਨਾਂ ਗੁਰਦੁਆਰਿਆਂ ਦੇ ਆ ਰਹੇ ਜੀ ਜਿਹਦੇ ਲਈ ਅਸੀਂ ਕੋਸ਼ਿਸ਼ ਕਰਕੇ ਸਾਰੇ ਗੁਰਦੁਆਰਿਆਂ ਤੋਂ ਜ਼ਮੀਨ ਅਲੋਟਮੈਂਟ ਕਰਾਈਆਂ ਸਾਰਿਆਂ ਨੂੰ ਸਰਕਾਰ ਤੋਂ ਬਜਟ ਦਿਵਾਇਆ ਔਰ ਕੋਈ ਵੀ ਸਿੱਖ ਹਿਸਟਰੀ ਨਾਲ ਜੁੜਿਆ ਹੋਇਆ ਸਥਾਨ ਹੈ ਨਾ ਉਸ ਨੂੰ ਉਹ ਸੁੰਦਰਾ ਦੀਨੇ ਕਿਉਂਕਿ ਉਹ ਖੁਦ ਆਪਣੇ ਆਪ ਨੂੰ ਸਿੱਖਾਂ ਦੇ ਨੋ ਮੰਨਦੇ ਐ ਇਸ ਕਰਕੇ ਉਹਨਾਂ ਨੇ ਬਹੁਤ ਪੈਸਾ ਦਿੱਤਾ ਔਰ ਅੱਜ ਰਾਜਸਥਾਨ ਵਿੱਚ ਸਿੱਖ ਵੀ ਚੜ੍ਹਦੀ ਕਲਾ ਚ ਐ ਤੇ ਸਿੱਖੀ ਦੇ ਬਾਰੇ ਪ੍ਰਚਾਰ ਵਿੱਚ ਚੜ੍ਹਦੀ ਕਲਾ ਚ। ਸੋ सुरेंद्रਪਾਲ ਜੀ Rajasthan government ਵਿੱਚ ਤੁਸੀਂ ਪਹਿਲਾ ਸਿੱਖ ਚਿਹਰਾ ਸੀ ਜਿਨ੍ਹਾਂ ਤੇ ਸਾਨੂੰ ਮਾਣ ਹਾਸਿਲ ਹੈ ਤੇ ਸਾਡੇ ਵੱਲੋਂ ਤੁਹਾਨੂੰ ਢੇਰ ਸਾਰੀਆਂ ਮੁਬਾਰਕਾਂ ਤੁਸੀਂ ਸਾਡੇ ਸਟੂਡੀਓ 'ਚ ਆਏ ਤੇ ਸਾਡੇ ਦਰਸ਼ਕਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ ਦਰਦੀ ਸਾਬਦਾ ਉਹਨਾਂ ਦਾ ਨਾਮ ਖੂਬ ਸੁਣਿਆ ਸੀ। ਲੇਕਿਨ ਅੱਜ ਉਹਨਾਂ ਦੇ ਨਾਲ ਥੋੜੀ ਵਿਚਾਰ ਗੋਸ਼ਟੀ ਹੋਈ ਬੜੇ ਅੱਛੇ ਲੱਗੇ ਔਰ ਚੜ੍ਹਦੀ ਕਲਾ ਜਿਸ ਤਰ੍ਹਾਂ ਤੁਹਾਡਾ ਨਾਮ ਹੈ ਸਾਡੇ ਇਹ ਹੀ ਗੁਰੂ ਦੇ ਚਰਨਾਂ ਚ ਅਰਦਾਸ ਹੈ ਹੋਰ ਚੜ੍ਹਦੀ ਕਲਾ ਦੇ ਵਿੱਚ ਤੁਹਾਡਾ ਟੀਵੀ ਚੈਨਲ ਜਾਏ ਹੋਰ ਸਿੱਖ ਸੰਗਤ ਜਿਹੜੀ ਹੈ ਪ੍ਰੇਰਣਾ ਲੈ ਕੇ ਔਰ ਅੱਗੇ ਵਧੇ ਔਰ ਤੁਸੀਂ ਮੈਨੂੰ ਇੱਥੇ ਬੁਲਾਇਆ ਬਹੁਤ ਬਹੁਤ ਧੰਨਵਾਦ ਸੋ ਦਰਸ਼ਕੋ ਤੁਸੀਂ ਦੇਖ ਰਹੇ ਸੀ ਪ੍ਰੋਗਰਾਮ ਖਾਸ ਮੁਲਾਕਾਤ ਅਗਲੇ ਪ੍ਰੋਗਰਾਮ ਵਿੱਚ ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਸ਼ਖਸੀਅਤ ਦੇ ਨਾਲ ਤਦ ਤੱਕ ਲਈ ਇਜਾਜ਼ਤ ਦਿਓ ਧੰਨਵਾਦ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਚੜ੍ਹੀ ਦਾ ਟਾਈਮ ਟੀਵੀ ਤੇ